ਪੰਡਿਤ ਪੇਚੂ ਰਾਮ, ਸੇਠ ਸਿੰਘ ਸਾਰੀਮੱਲ, ਜਿਮੀਦਾਰ ਜੈਲ ਸਿੰਘ ਹਰਿਦੁਆਰ ਦੀ ਯਾਤਰਾ ਕਰਨ ਚਲੇ ਗਏ। ਮੰਦਰਾਂ ਅਤੇ ਗੁਰਦੁਆਰਿਆਂ 'ਚ ਪ੍ਰਸ਼ਾਦਾ ਛਕਦਿਆਂ ਨੂੰ ਕਈ ਦਿਨ ਬੀਤ ਗਏ। ਸੇਠ ਕਹਿੰਦਾ, ਭਰਾਵੋ ਮੇਰਾ ਤਾਂ ਮੂੰਗੀ ਦੀ ਦਾਲ ਖਾ ਖਾ ਕੇ ਮਨ ਅੱਕਿਆ ਪਿਆ, ਇਸ ਲਈ ਰੋਟੀ ਅੱਜ ਆਪ ਬਣਾਵਾਂਗੇ। ਪੰਡਿਤ ਕਹਿੰਦਾ, ਸੇਠ ਜੀ ਰੋਟੀਆਂ ਰੋਜ਼ ਹੀ ਖਾਂਦੇ ਹਾਂ, ਜੇ ਬਣਾਉਣੀ ਆ ਤਾਂ ਖੀਰ ਬਣਾਓ ਖੀਰ। ਸਿਆਣੇ ਆਉਂਦੇ ਆ ਪੰਡਿਤ ਖੀਰ 'ਚ ਅਤੇ ਮੁਸਲਮਾਨ ਪਲਾਹ 'ਚ, ਸਿੱਖ ਕੜਾਹ 'ਚ, ਮੱਕੜੀ ਕਪਾਹ 'ਚ ਅਤੇ ਬੁੜੀਆਂ ਵਿਆਹ 'ਚ ਕਿਸੇ ਨੂੰ ਨਹੀਂ ਦਵਾਲ। ਲਓ ਜੀ ਮਤਾ ਹੋ ਗਿਆ ਪਾਸ, ਪਸੇਰੀ ਪੱਕੇ ਦੁੱਧ ਵਿੱਚ ਸੇਰ ਪੱਕੇ ਚੌਲ ਪਾ ਕੇ, ਕਾਜੂ ਕਿਸਮਿਸ ਪਾ ਕੇ ਬੜੀ ਵਧੀਆ ਖੀਰ ਬਣਾਈ ਅਤੇ ਲਪਟਾਂ ਪਈਆਂ ਆਉਣ। ਪੰਡਿਤ ਨੇ ਸੋਚਿਆ ਵੀ ਖੀਰ ਤਾਂ ਗਈ ਆ ਬਣ, ਪਰ ਕੋਈ ਸਕੀਮ ਬਣਾਉਣੀ ਪਊ। ਇਹ ਆਉਂਦਾ ਬਈ ਇਹ ਖੀਰ ਆਪਾਂ ਹੁਣ ਨਹੀਂ ਜੇ ਖਾਣੀ ਅਤੇ ਤੜਕੇ ਖਾਵਾਂਗੇ। ਅਤੇ ਇੱਕ ਗੱਲ ਹੋਰ ਸੁਣੋ, ਰਾਤ ਨੂੰ ਆਪਾਂ ਨੂੰ ਆਉਣਗੇ ਸੁਪਨੇ, ਜਿਹਦਾ ਸੁਪਨਾ ਪਹਿਲੇ ਨੰਬਰ ਦਾ ਹੋਇਆ ਨਾ ਉਹ ਸਾਰਿਆਂ ਨਾਲੋਂ ਬਾਹਲੀ ਖੀਰ ਖਾਊ। ਇਹ ਕਹਿ ਕੇ ਸੇਠ ਅਤੇ ਪੰਡਿਤ ਤਾਂ ਗਏ ਨੇ ਸੌਂ। ਹੁਣ ਜ਼ਿਮੀਂਦਾਰ ਸੋਚਦਾ, ਬਈ ਜੈਲ ਸਿਆਂ ਤੇਰਾ ਤਾਂ ਕਾਲਜਾ ਹੁਣੇ ਹਾਥੀ ਦੇ ਕੰਨ ਵਾਂਗੂ ਵੱਜੀ ਜਾਂਦਾ, ਤੈਨੂੰ ਤੜਕਾ ਕਦੋਂ ਆਇਆ? ਮਿੱਤਰਾ, ਤੈਨੂੰ ਭੁੱਖੇ ਨੂੰ ਨਾ ਤਾਂ ਆਵੇ ਨੀਂਦ ਅਤੇ ਨਾ ਹੀ ਆਵੇ ਸੁਪਨਾ। ਜੇ ਨੀਂਦ ਆਊ ਤਾਂ ਸੁਪਨਾ ਆਊ। ਕੋਈ ਸਕੀਮ ਬਣਾ, ਵੇਖੀ ਕਿਤੇ ਭੁੱਖੇ ਦਾ ਬਿਨਾਂ ਸੇਵੀਆਂ ਤੋਂ ਗੁੱਗਾ ਨਾ ਪੂਜਿਆ ਜਾਏ। ਲਓ ਜੀ ਰਾਤ ਅੱਧੀਓਂ ਲੰਘੀ, ਜੱਟ ਨੇ ਬੋਚ ਕੇ ਸੇਠ ਅਤੇ ਪੰਡਿਤ ਦੇ ਸਿਰਾਣਿਓਂ ਤੌੜੀ ਲਈ ਆ ਚੱਕ, ਪਾਸੇ ਜਾ ਕੇ ਗੋਡਿਆਂ 'ਤੇ ਲਈ ਟਕਾ ਅਤੇ ਓਕ ਲਾ ਕੇ ਅੱਧੀ ਖੀਰ ਖਾ ਗਿਆ। ਅਤੇ ਫਿਰ ਪੂੰਝ ਕੇ ਕਿਨਾਰੇ ਦੇ ਕੇ ਚੱਪਣ ਬੋਚ ਕੇ ਦੋਨਾਂ ਦੇ ਸਿਰਾਣੇ ਫੇਰ ਰੱਖ ਦਿੱਤੀ ਤਾਂ ਆਪ ਲੱਗਿਆ ਘਰਾੜੇ ਮਾਰਨ। ਇਹਦਾ ਸੌਣ ਦਾ ਟਾਈਮ ਹੋ ਗਿਆ ਅਤੇ ਸੇਠ ਅਤੇ ਪੰਡਿਤ ਦਾ ਉੱਠਣ ਦਾ ਟਾਈਮ ਹੋ ਗਿਆ। ਦੋਨਾਂ ਨੇ ਉੱਠ ਕੇ ਮੂੰਹ ਹੱਥ ਧੋਤਾ ਪੂਜਾ ਪਾਠ ਕਰਨ ਤੋਂ ਬਾਅਦ। ਇਹ ਜਦ ਜੱਟ ਨੂੰ ਲੱਗੇ ਉਠਾਉਣ ਅਤੇ ਜੱਟ ਦਾ ਉੱਠਣ ਨੂੰ ਜੀ ਨਾ ਕਰੇ, ਅੰਤ ਬਾਹੋਂ ਫੜ ਕੇ ਬੈਠਾ ਲਿਆ ਕਰ। ਕਹਿੰਦੇ, ਜੈਲ ਸਿਆਂ ਸੁਪਨਾ ਦੱਸ। ਜੱਟ ਦਾ ਦਿਮਾਗ ਕੰਮ ਕਰ ਗਿਆ, ਕਹਿੰਦਾ ਬਈ ਪਹਿਲਾਂ ਤੁਸੀਂ ਦੱਸੋ ਤੁਸੀਂ। ਪੰਡਿਤ ਕਹਿੰਦਾ, ਬਈ ਮੈਂ ਤਾਂ ਰਾਤ ਸੁਪਨੇ 'ਚ ਹਰਿਦੁਆਰ ਇਸ਼ਨਾਨ ਕੀਤਾ ਅਤੇ ਭਗਵਾਨ ਰਾਮ ਚੰਦਰ ਜੀ ਦੇ ਦਰਸ਼ਨ ਕੀਤੇ, ਮਨ ਨਦਰੋ ਨਦਰ ਨਿਹਾਲ ਹੋ ਗਿਆ। ਸੇਠਾਂ ਦਾ ਜੀ ਬੱਲੇ ਬੱਲੇ, ਪੰਡਿਤ ਜੀ ਤੁਹਾਡਾ ਤਾਂ ਸੁਪਨਾ ਪਹਿਲੇ ਨੰਬਰ ਦਾ ਹੈ। ਅਤੇ ਸੇਠ ਕਹਿੰਦਾ, ਬਈ ਮੈਂ ਰਾਤ ਗਿਆ ਕੰਧਾਰ, ਉੱਥੋਂ ਤੋਂ ਘੋੜੇ ਖਰੀਦੇ, 10,000 ਦੇ ਲਏ ਸੀ ਅਤੇ 15,000 ਦੇ ਵੇਚ ਕੇ 5,000 ਰੁਪਈਆ ਰਾਤੋ ਰਾਤ ਨਫਾ ਕਮਾ ਲਿਆ। ਪੰਡਿਤ ਕਹਿੰਦਾ, ਸੇਠ ਜੀ ਤੁਹਾਡਾ ਸੁਪਨਾ ਤਾਂ ਫਿਰ ਦੂਜੇ ਦਰਜੇ ਦਾ। ਅਤੇ ਕਹਿੰਦੇ, ਹਾਂ ਬਈ ਜੈਲਿਆ ਹੁਣ ਤੂੰ ਦੱਸ। ਜੱਟ ਕਹਿੰਦਾ, ਬਈ ਮੈਨੂੰ ਸੁਪਨਾ ਆਇਆ ਬਹੁਤ ਭੈੜਾ ਅਤੇ ਜਰਾ ਦਿਲ ਤਕੜਾ ਕਰਕੇ ਸੁਣਿਓ, ਵੇਖਿਓ ਭਲਾ ਖੀਰ ਦਾ ਰੱਜਿਆ ਜੱਟ ਕੀ ਲਫਾਫਾ ਬਣਾਉਂਦਾ। ਉਸਤਾਦ ਸ਼ਹਿਰ ਸੂਬੇਦਾਰ ਹੰਸ ਸਿੰਘ ਦੀ ਰਚਨਾ ਇਉਂ ਬੇਨਤੀ ਕੀਤੀ ਜਾ ਰਹੀ ਹੈ। ਹੱਥ ਜੋੜ ਜੱਟ ਆਖਦਾ, ਸੁਣੋ ਪੰਡਿਤ ਜੀ ਬਾਤ, ਦੱਸ ਨਾ ਸਕਦਾ ਆਪ ਨੂੰ ਜਿਹੜੀ ਬੀਤੀ ਰਾਤ। ਮੇਰੇ ਸੁਪਨੇ ਦਾ ਹਾਲ ਸੁਣੋ ਦੇਵਾ ਜੀਂਗੀ, ਸੱਚੀ ਸੱਚੀ ਵਾਰ ਤਾਂ ਨਹੀਂ ਫਰੇ ਬਜੀਂਗੀ, ਸਾਰਾ ਤਾਂ ਮੈਂ ਦੱਸ ਸਕਦਾ ਹਵਾਲ ਨਾ, ਮੇਰੇ ਜੈਸੀ ਹੋਣੀ ਕਿਸੇ ਬੈਰੀ ਨਾਲ ਨਾ। ਹਾਂਜੀ ਓਡਾ ਗੀ ਸੀ ਜਾਂਦਾ ਰਾਤ ਪਾੜੇ ਭੰਗ ਦੇਂਗੇ, ਮੈਨੂੰ ਦੱਸੋ ਤਾਰਾ ਦੇ ਕੀ ਨੌਣ ਗੰਗ ਦੇਂਗੇ, ਉਹ ਸੁਪਨਾ ਨਾ ਐਸਾ ਪੈੜਾ ਕਦੇ ਆਇਆ ਜੀ, ਤੁਸੀਂ ਵੀ ਡਰੋਂਗੇ ਮੈਂ ਜਦੋਂ ਸੁਣਾਇਆ ਜੀ। ਹਾਂਜੀ ਹੁਣੇ ਮਰ ਜਾਵਾਂ ਮੇਰਾ ਦਿਲ ਚਾਹੁੰਦਾ ਹੈ, ਗੱਲ ਯਾਦ ਆ ਕੇ ਡਰ ਲੱਗੀ ਜਾਂਦਾ ਹੈ। ਖੀਰਾ ਜਦੋਂ ਰਿੰਨ ਕੇ ਸੁੱਤੇ ਸੀ ਸੁੱਤੇ ਜੀ, ਚਾਰ ਜਾਵਾਂ ਦੂਤ ਨੇੜੇ ਆ ਖੜੋਤੇ ਜੀ, ਮਾਰ ਕੇ ਤੇ ਹੋਜ ਮੋਜਾ ਨੂੰ ਜਗਾ ਲਿਆ, ਬਾਹਾਂ ਤੋਂ ਪਕੜ ਮੰਜੇ ਤੇ ਬਿਠਾ ਲਿਆ। ਉਹ ਕਹਿੰਦੇ ਅੱਜ ਛੱਡ ਦੇਣੀ ਤੇਰੀ ਜਾਨ ਨੂੰ, ਬੁਰਕੀਆਂ ਚਲਾਉਣਾ ਆਉਣਾ ਮੈਨੂੰ ਖਾਣ ਨੂੰ। ਕਹਿੰਦਾ ਪੁੱਛਿਆ ਬਥੇਰਾ ਹੋਇਆ ਕੀ ਕਸੂਰ ਜੀ, ਰਾਮ ਦੀ ਦੁਹਾਈ ਮਾਰੋ ਨਾ ਹਜੂਰ ਜੀ। ਕਹਿੰਦੇ ਕੀ ਲੈਣਾ ਪੁੱਛ ਤੱਕ ਸੀਰਾ ਤੂੰ,
जान जे बचाउनी सारी खाजा खीर तू। हां जी ए तानी जोलाम मैथो कीता जांदा जी, हक है कन्ना दा मैं कल्ला नी खांदा जी। ओ इन्नी गल सुन सिद्धा कीता पल्ले नू, तिन्ना दी नी जामानी खवाउनी कल्ले नू। कंदा आखिया बथेरा दसो खाऊं का सना, तौड़ी जूठी हो जू कोई पांडा पास ना। ओ कम हमारा कहिंदे तैनू मेणा नी, तौड़ी च खवाउनी पांडा लैण देना नी। हां जी सारेयानू हुंदी है प्यारी जान जी, डर दा मारना तो मैं लग्या खान जींगे। ओ तौड़ी तार लई गोड्या ते टका के तेंगे, उत्तों उत्तों सूता गया मैं ओ कला के तेंगे। कहिंदा अद्धी खीर ता मैं छेती छेती खा गया, सारी बन्नी वेख चित घबरा गया। ओ गल ताई जदों पेट गया पार दी, मारो चाहे छड़ो केहा थोड़ी मार दी। हां जी ऐने डल सोन कौड़ा के ते आदे जींगे, जेड़ी बाच राही ए चर रेता पा दे जींगे। फेर खेड़ा छड़ा रेते नू पवा के तेंगे, झूठा है ता वेख लो चप्पण ला के तेंगे। हां जी जदों ऐना तंग कीता सी नकारिया, पंडित कहिंदा मैनू क्यों ना बोल मारिया। तैनू दस बोल कित्थों लैंदा मार दी, तू तायो दो फेर दस हरद्वार दी। कहिंदा सेठ नेड़े हुंदा ता मैं सद लैंदा जी, काबल कंधार फीरे घोड़े लैंदा जी। कुटिया बहुत मेरा दिल केरे दी, सारी रात मंजिया च खिची फेरे जी। हां जी ऐनी गल सोना लगे पछतान जी, बोला ना सकाना सीसा नू हलान जी। नट विद्या आंदी होगी अनेक नू, जट विद्या नहीं आवंदी हरे कनू। बाबू जी दे जट पेच सूत आ गया, सेठ ते पंडित जी दी खीर खा गया।